ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਵਰੁਨ ਕਾਰਮਾਨ ਖਬਰਾਂ ਦੇ ਬਲਟਿਨ 'ਚ ਤੁਹਾਡਾ ਸਵਾਗਤ ਖਬਰਾਂ ਦੇ ਬਲਟਿਨ ਦੇ ਸਪான்ਸਰ ਰੀਅਲ ਏਸਟੇਟ ਬਰੋਕਰ ਮੋਹਨ ਚੀਮਾ ਰੀਅਲ ਏਸਟੇਟ ਦੀ ਦੁਨੀਆ 'ਚ ਮਨਿਆ ਪਰ ਮਨਿਆ ਨਾਮ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ ਰਿਪਬਲਿਕਨ ਹਾਊਸ ਮੈਂਬਰਾਂ ਨੂੰ ਬਿਨਾਂ ਸਕਰੀਨਿੰਗ ਸਦਨ ਇਮਾਰਤ ਵਿੱਚੋਂ ਦਾਖਲ ਹੋਣ ਤੇ ਹੋਇਆ ਜੁਰਮਾਨਾ ਨਵੀਂ ਦਿੱਲੀ ਦੀ ਸਿੰਗੂ ਹੱਦ ਤੇ ਇੰਟਰਨੈਟ ਸੇਵਾ ਬਹਾਲ ਹੋ ਗਈ ਮਿਆਂਮਾਰ ਫੌਜੀ ਰਾਜ ਪਰਟੇ ਖਿਲਾਫ ਲੋਕਾਂ ਵੱਲੋਂ ਪ੍ਰਦਰਸ਼ਨ ਕੇਂਦਰੀ ਅਮਰੀਕੀ ਦੇਸ਼ਾਂ ਤੇ ਸ਼ਰਨਾਰੇ ਲੱਗੀ ਪਾਬੰਦੀ ਬਾਈਡਨ ਨੇ ਹਟਾਈ ਕਮਲਾ ਹੈਰਿਸ ਦੀ ਰਿਸ਼ਤੇਦਾਰ ਮੀਨਾ ਹੈਰਿਸ ਨੇ ਕਿਹਾ ਕਿ ਸਾਨ ਅੰਦੋਲਨ ਬਾਰੇ ਬੋਲਣ ਤੋਂ ਮੈਨੂੰ ਕਦੇ ਨਹੀਂ ਰੋਕਿਆ ਜਾ ਸਕਦਾ ਮਹਾਦੋਸ਼ ਸੁਣਵਾਈ ਦੌਰਾਨ ਪੇਸ਼ ਨਹੀਂ ਹੋਣਗੇ ਟਰੰਪ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਸਦਨ ਵਿੱਚ ਸਰਕਾਰ ਵੱਲੋਂ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਲਾਗੂ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਉਤਾਹੀ ਕਰਨ ਲਈ ਜੁਰਮਾਨੀਆਂ ਦੀ ਵਿਵਸਥਾ ਕੀਤੀ ਗਈ ਹੈ ਇਹਨਾਂ ਸੁਰੱਖਿਆ ਨਿਯਮਾਂ ਨੂੰ ਤੋੜਨ ਤੇ ਕਿਸੇ ਨੂੰ ਵੀ ਵਕਸ਼ਾ ਨਹੀਂ ਜਾ ਰਿਹਾ ਚਾਹੇ ਉਹ ਸੰਸਦ ਮੈਂਬਰ ਹੀ ਕਿਉ ਨਾ ਹੋਣ ਹਾਲ ਹੀ ਵਿੱਚ ਰਿਪਬਲਿਕਨ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੂੰ ਸਦਨ ਦੀ ਇਮਾਰਤ ਵਿੱਚ ਸੁਰੱਖਿਆ ਦੇ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ ਇਸ ਮਾਮਲੇ ਵਿੱਚ ਰਿਪਬਲਿਕਨ ਪ੍ਰਤੀਨਿਧ ਜਾਰਜੀਆ ਦੇ ਐਂਡਰਿਊ ਕਲਾਈਡ ਅਤੇ ਟੈਕਸਾਸ ਦੇ ਲੂਈ ਗੋਮਰਟ ਨੂੰ ਨਵੇਂ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਤੇ ਹਰੇਕ ਨੂੰ 5000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਸਦਨ ਦੀ ਮੰਜ਼ਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ ਪੂਰੀ ਕਰਨ ਵਿੱਚ ਅਸਫਲ ਰਹਿਣ ਦੇ ਮੈਂਬਰਾਂ ਨੂੰ ਸਜ਼ਾ ਦੇਣ ਲਈ ਰੱਖਿਆ ਗਿਆ। ਅਤੇ ਇਸ ਸੰਬੰਧੀ ਮੰਗਲਵਾਰ ਨੂੰ ਪਾਸ ਕੀਤੇ ਗਏ ਨਵੇਂ ਨਿਯਮ ਅਨੁਸਾਰ ਇਹ ਜੁਰਮਾਨਾ ਮੈਂਬਰਾਂ ਦੀਆਂ ਤਨਖਾਹਾਂ ਵਿੱਚੋਂ ਕੱਟ ਲਿਆ ਜਾਵੇਗਾ ਇਸ ਦੇ ਇਲਾਵਾ ਦੂਜੀ ਵਾਰ ਨਿਯਮਾਂ ਦੀ ਉਲੰਘਣਾ ਦੇ ਨਤੀਜੇ ਵਜੋਂ ਇਹ ਜੁਰਮਾਨਾ ਵਧਾ ਕੇ 10000 ਡਾਲਰ ਤੱਕ ਹੋ ਜਾਵੇਗਾ ਇਹਨਾਂ ਦੋਵੇਂ ਰਿਪਬਲਿਕਨ ਮੈਂਬਰਾਂ ਦੇ ਮਾਮਲੇ ਵਿੱਚ ਕਲਾਈਡ ਨੇ ਹਾਊਸ ਫਲੋਰ ਵਿੱਚ ਦਾਖਲ ਹੋਣ ਸਮੇਂ ਸਕ੍ਰੀਨਿੰਗ ਪ੍ਰਕਿਰਿਆ ਲਈ ਮੈਟ ਡਿਟੈਕਟਰਾਂ ਵੱਲੋਂ ਲੰਘਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਕਿ ਗੋਹਮਟ ਨੇ ਇਸ ਪ੍ਰਕਿਰਿਆ ਨੂੰ ਬਾਥਰੂਮ ਜਾਣ ਲਈ ਛੱਡ ਦਿੱਤਾ ਸੀ ਨਵੀਂ ਦਿੱਲੀ ਦੀ ਸੁੰਗੂ ਹੱਦ ਤੇ ਇੰਟਰਨੈਟ ਸੇਵਾ ਬਹਾਲ ਹੋ ਗਈ ਹੈ ਇੱਥੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਵੱਡੀ ਗਿਣਤੀ ਕਿਸਾਨ ਇਕੱਠੇ ਹੋਏ ਹਨ ਜੋ ਪਾਣੀ ਤੇ ਪਖਾਨਿਆਂ ਦੀ ਸਹੂਲਤ ਨਾ ਹੋਣ ਕਾਰਨ ਪਰੇਸ਼ਾਨ ਹਨ ਸੁੰਗੂ ਹੱਦ ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਇੰਟਰਨੈਟ ਸੇਵਾ ਬਹਾਲ ਹੋਣ ਦੀ ਪੁਸ਼ਟੀ ਕੀਤੀ ਦੱਸਣਯੋਗ ਹੈ ਕਿ ਦਿੱਲੀ ਦੀਆਂ ਹੱਦਾਂ ਤੇ ਪ੍ਰਦਰਸ਼ਨ ਕਰਨ ਵਾਲੀਆਂ ਥਾਵਾਂ ਤੇ ਇੰਟਰਨੈਟ ਸੇਵਾ ਬਹਾਲ ਕਰਨ ਲਈ ਸਰਵੋੱਚ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਸਰਕਾਰ ਨੂੰ ਇੰਟਰਨੈਟ ਸੇਵਾ ਬਹਾਲ ਕਰਨ ਸੰਬੰਧੀ ਨਿਰਦੇਸ਼ ਦਿੱਤੇ ਜਾਣ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਫੌਜੀ ਰਾਜ ਪਲਟੇ ਖਿਲਾਫ ਅੱਜ ਮਿਆਂ ਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੰਗੋਨ ਵਿੱਚ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦੀ ਸੀਨੀਅਰ ਆਗੂ ਆਂਗ ਸਾਂਸੂਕੀ ਦੀ ਰਿਹਾਈ ਦੀ ਮੰਗ ਕੀਤੀ ਜਿਸ ਦੀ ਚੁਣੀ ਹੋਈ ਸਰਕਾਰ ਨੂੰ ਦੇਖ ਕੇ ਫੌਜ ਨੇ ਇੰਟਰਨੈਟ ਬੰਦ ਕਰ ਦਿੱਤਾ ਹੈ ਸੋਮਵਾਰ ਨੂੰ ਰਾਜ ਬਲਟਾ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਭੀੜ ਵੱਧਦੀ ਜਾ ਰਹੀ ਹੈ ਯੰਗਾਨ ਯੂਨੀਵਰਸਿਟੀ ਨੇੜੇ ਪ੍ਰਮੁੱਖ ਚੁਰਾਹੇ ਤੇ ਇਕੱਠੇ ਹੋਏ ਘੱਟ ਤੋਂ ਘੱਟ 2000 ਕੀਰਤੀ ਜੂਨੀਅਰ ਮੈਂਬਰਾਂ ਵਿਦਿਆਰਥੀ ਕਰਮਚਾਰੀਆਂ ਅਤੇ ਆਮ ਲੋਕਾਂ ਨੇ ਮਾਨਸੂਕੀ ਜ਼ਿੰਦਾਬਾਦ ਅਤੇ ਫੌਜੀ ਤਾਨਾਸ਼ਾਹੀ ਮੁਰਦਾਬਾਦ ਦੇ ਨਾਅਰੇ ਲਾਏ ਉਨ੍ਹਾਂ ਨੇ ਮੁੱਖ ਸੜਕ ਵੱਲ ਮਾਰਚ ਕੀਤਾ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਡਰਾਈਵਰਾਂ ਨੇ ਆਪਣੇ ਵਾਹਨ ਦੇ ਹਾਰਨ ਬੁਜਾ ਕੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ ਇਸ ਦੌਰਾਨ ਪੁਲਿਸ ਨੇ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕਰ ਦਿੱਤਾ ਇਸ ਤੋਂ ਇਲਾਵਾ ਪਾਣੀ ਦੀਆਂ ਬੁਸ਼ਾੜਾਂ ਲਈ ਦੋ ਗੱਡੀਆਂ ਕੋਲ ਹੀ ਖੜੀਆਂ ਸਨ ਪ੍ਰਦਰਸ਼ਨਕਾਰੀਆਂ ਨੇ ਹੱਥ ਵਿੱਚ ਪੋਸਟਰ ਫੜੇ ਹੋਏ ਸਨ ਜਿਨ੍ਹਾਂ ਤੇ ਸੂਕੀ ਅਤੇ ਰਾਸ਼ਟਰਪਤੀ ਵਿਨਮਿੰਟ ਨੂੰ ਰਹਾਅ ਕਰਨ ਦੀ ਅਪੀਲ ਕੀਤੀ ਗਈ ਸੀ ਇਨਾ ਦੋਵਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਛੋਟੇ-ਮੋਟੇ ਅਪਰਾਧਾਂ ਦੇ ਦੋਸ਼ ਲਾਏ ਗਏ ਨੇ ਇਸ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਨਵੇਂ ਫੌਜੀ ਸ਼ਾਸਨ ਨੇ ਜ਼ਿਆਦਾਤਰ ਇਲਾਕਿਆਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਸੀ ਨਾਲ ਹੀ ਟਵਿੱਟਰ ਅਤੇ ਇੰਸਟਾਗ੍ਰam ਤੇ ਵੀ ਪਾਬੰਦੀ ਲੱਗੀ ਹੋਈ ਹੈ ਬਾਈਡਨ ਪ੍ਰਸ਼ਾਸਨ ਨੇ ਤਿੰਨ ਕੇਂਦਰੀ ਅਮਰੀਕੀ ਮੂਲਕਾਂ ਨਾਲ ਕੀਤੇ ਉਹਨਾਂ ਸਮਝੌਤਿਆਂ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਲੋਕਾਂ ਨੂੰ ਦੱਖਣ-ਪੱਛਮੀ ਸਰਹੱਦਾਂ ਉੱਤੇ ਅਮਰੀਕਾ ਵਿੱਚ ਸ਼ਰਨ ਮੰਗਣ ਤੋਂ ਰੋਕਿਆ ਗਿਆ ਦੱਸਣਯੋਗ ਹੈ ਕਿ ਰਾਸ਼ਟਰਪਤੀ ਜੋ ਬਾਈਡਨ 트ੰਪ ਪ੍ਰਸ਼ਾਸਨ ਦੀਆਂ ਆਵਾਸ ਨੀਤੀਆਂ ਨੂੰ ਪਲਟਾ ਰਹੇ ਨੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਦੱਸਿਆ ਕਿ ਅਮਰੀਕਾ ਅਲ ਸਲਵਾਡੋਰ ਗੁਆਟੇਮਾਲਾ ਤੇ ਹੈਂਡਰੂਸ ਨਾਲ ਕੀਤੇ ਸਮਝੌਤੇ ਤੋੜ ਰਿਹਾ ਹੈ ਇਸ ਤਰ੍ਹਾਂ ਸ਼ਰਨ ਮੰਗਣ ਉੱਤੇ ਲੱਗੀ ਪਾਬੰਦੀ हट ਜਾਵੇਗੀ ਹਾਲਾਂਕਿ ਇਹ ਸਮਝੌਤੇ ਮਹਾਮਾਰੀ ਫੈਲਣ ਤੋਂ ਬਾਅਦ ਅਮਲ ਵਿੱਚ ਨਹੀਂ ਸਨ ਇਹਨਾਂ ਤਹਿਤ ਜ਼ਰੂਰੀ ਕੀਤਾ ਗਿਆ ਸੀ ਕਿ ਲੋਕ ਸ਼ਰਨ ਅਮਰੀਕਾ ਮੈਕਸੀਕੋ ਸਰਹੱਦ ਉੱਤੇ ਮੰਗਣ ਇਹਨਾਂ ਤਿੰਨਾਂ ਕੇਂਦਰੀ ਅਮਰੀਕੀ ਦੇਸ਼ਾਂ ਵਿੱਚ ਸ਼ਰਨ ਲੈਣ ਲਈ ਦਾਵਾ ਪੇਸ਼ ਨਹੀਂ ਕੀਤਾ ਜਾ ਸਕਦਾ ਅਮਰੀਕੀ ਵਕੀਲ ਲੇਖਕ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਰਿਸ਼ਤੇਦਾਰ ਮੀਨਾ ਹੈਰਿਸ ਨੇ ਕਿਹਾ ਹੈ ਕਿ ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਨ ਤੋਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਕਈ ਟਵੀਟ ਸਾਂਝੇ ਕੀਤੇ ਇੱਕ ਟਵੀਟ ਵਿੱਚ ਉਹ ਕਹਿੰਦੀ ਹੈ ਇਸ ਤਰਫ ਖੇਤੀਬਾੜੀ ਨੀਤੀਬਾੜੀ ਨਹੀਂ ਇਹ ਧਾਰਮਿਕ ਘੱਟ ਗਿਣਤੀ ਤੇ ਅਤਿਆਚਾਰ ਬਾਰੇ ਵੀ ਹੈ ਇਹ ਪੁਲਿਸ ਹਿੰਸਾ ਅਤੀਵਾਦੀ ਰਾਸ਼ਟਰਵਾਦ ਅਤੇ ਕਿਰਤ ਅਧਿਕਾਰਾਂ ਤੇ ਹਮਲੇ ਹਨ ਇਤਾਨਾਸ਼ਾਹੀ ਹੈ ਮੈਨੂੰ ਇਹ ਨਾ ਕਹੋ ਕਿ ਇਸ ਤੋਂ ਪਰਾਂ ਰਹਾ ਇਹ ਸਾਰੇ ਮੁੱਦੇ ਨੇ ਸਾਫਕਰ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਹੈ ਕਿ ਉਹ ਸੈਨੇਟ ਦੀ ਮਹਾਦੋਸ਼ ਸੁਣਵਾਈ ਦੌਰਾਨ ਪੇਸ਼ ਨਹੀਂ ਹੋਣਗੇ। 트੍ਰੰਪ ਨੇ ਇਹ ਬਿਆਨ ਡੈਮੋਕ੍ਰੈਟਿਕ ਵਕੀਲਾਂ ਦੀ ਉਸ ਬੇਨਤੀ ਦੇ ਸੰਦਰਭ ਵਿੱਚ ਦਿੱਤਾ ਜਿਸ ਵਿੱਚ ਸੰਵਿਧਾਨ ਦੀ ਚੁੱਕੀ ਗਈ ਸੌ ਤਹਿਤ ਸਾਫਕਰ ਰਾਸ਼ਟਰਪਤੀ ਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ। ਸਾਫਕਾ ਸੰਵਿਧਾਨਕਲਾ ਪ੍ਰੋਫੈਸਰ ਜੈਮੀ ਰਸਕਿਨ ਜੋ ਡੈਮੋਕ੍ਰੇਟਸ ਤੇ ਕੇਸ ਦੀ ਅਗਵਾਈ ਕਰ ਰਹੇ ਨੇ 트럼ਪ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਸੀ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਮਹਾਦੋਸ਼ ਧਾਰਾ ਸੰਬੰਧੀ ਉਹਨਾਂ ਵੱਲੋਂ ਦਿੱਤਾ ਗਿਆ ਜਵਾਬ ਨਾ ਕਾਫੀ ਹੈ ਇਸ ਵਿੱਚ ਬਹੁਤ ਸਾਰੇ ਤੱਥਾਂ ਆਧਾਰਿਤ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਇਸ ਲਈ ਡੈਮੋਕ੍ਰੇਟਸ ਦੀ ਬੇਨਤੀ ਹੈ ਕਿ ਉਹ ਅਗਲੇ ਸੋਮਵਾਰ ਤੋਂ ਪਹਿਲਾਂ ਜਿੰਨੀ ਛੇਤੀ ਸੰਭਵ ਹੋ ਸਕੇ ਸੁਣਵਾਈ ਦੌਰਾਨ ਹਾਜ਼ਰ ਹੋਣ ਚਾਪਕਰ ਰਾਸ਼ਟਰਪਤੀ ਦੇ ਬੁਲਾਰੇ ਅਲੀ ਪਾਰੋਡ ਨੇ ਸਪਸ਼ਟ ਕੀਤਾ ਹੈ ਕਿ ਉਹ ਮਹਾਦੋਸ਼ ਸੁਣਵਾਈ ਦੌਰਾਨ ਹਾਜ਼ਰ ਹੋਣ ਦਾ ਇਰਾਦਾ ਨਹੀਂ ਰੱਖਦੇ ਚਾਪਕਰ ਰਾਸ਼ਟਰਪਤੀ ਇੱਕ ਗੈਰ ਸੰਵਿਧਾਨਕ ਸੁਣਵਾਈ ਦੌਰਾਨ ਆਪਣਾ ਪੱਖ ਨਹੀਂ ਰੱਖਣਗੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਦੇ ਰਾਸ਼ਟਰਪਤੀ ਬਾਲਦੀਮੀਰ ਪੁਤਿਨ ਨੂੰ ਝ Đਾਉਂਦੇ ਦਿੱਤੀ ਉਹਨਾਂ ਨੇ ਕਿਹਾ ਕਿ ਮੈਂ ਟਰੰਪ ਦੇ ਉਲਟ ਰਾਸ਼ਟਰਪਤੀ ਪੁਤਿਨ ਨੂੰ ਸਪਸ਼ਟ ਕਰ ਦਿੰਦਾ ਹੈ ਕਿ ਰੂਸ ਦੇ ਹਮਲਾਵਾਰਤਾ ਦੇ ਦਿਨ ਖਤਮ ਹੋ ਗਏ ਜਿੱਥੇ ਉਹ ਚੋਣਾ ਵਿੱਚ ਦਖਲ ਅੰਦਾਜ਼ੀ ਕਰਦਾ ਹੈ ਸਾਈਬਰ ਹਮਲਿਆਂ ਨੂੰ ਅੰਜਾਮ ਦਿੰਦਾ ਹੈ ਵਾਈਡਨ ਨੇ ਚੀਨ ਨੂੰ ਚੁਣੌਤੀ ਦੇ ਤੌਰ ਤੇ ਰੇਖਾਂਕਿਤ ਕੀਤਾ ਚੀਨ ਜਿਹੜਾ ਆਪਣੀ ਸੈਨਾ ਦਾ ਵਿਸਥਾਰ ਕਰ ਰਿਹਾ ਹੈ ਅਤੇ ਦੁਨੀਆ ਵਿੱਚ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ ਸ਼ਾਇਦ ਉਹ ਵਾਈਡਨ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਚੁਣੌਤੀ ਹੈ ਵਾਈਡਨ ਨੇ ਬੀਜਿੰਗ ਨੂੰ ਆਪਣਾ ਵੱਡਾ ਮੁਕਾਬਲੇਬਾਜ਼ ਕਰਾਰ ਦਿੱਤਾ ਹੈ ਕ੍ਰਮ ਵਿੱਚ ਉਹਨਾਂ ਨੇ ਚੀਨ ਨਾਲ ਆਰਥਿਕ ਟਕਰਾਅ ਮਨੁੱਖੀ ਅਧਿਕਾਰਾਂ ਖਿਲਾਫ ਚੀਨੀ ਕਾਰਵਾਈ ਵਿਰੁੱਧ ਕਦਮ ਚੁੱਕਣ ਦੀ ਗੱਲ ਕਹੀ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾ ਖਿਲਾਫ ਕਿਸਾਨਾਂ ਦਾ ਅੰਦੋਲਨ جاری ਹੈ ਕਿ ਇਹ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਵੱਲੋਂ ਖੇਤੀਬਾੜੀ ਕਾਨੂੰਨਾ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ ਪੌਪ ਸਟਾਰ ਰਹਿਾਨਾ ਤੋਂ ਲੈ ਕੇ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਦੇ ਮੁੱਦੇ ਤੇ ਟਵੀਟ ਕੀਤਾ ਜਿਸ ਨੂੰ ਲੈ ਕੇ ਦੇਸ਼ ਵਿੱਚ ਰਾਜਨੀਤਿਕ ਦੇਖਣ ਨੂੰ ਮਿਲੀ ਹੈ ਇਸ ਦੌਰਾਨ ਸ਼ੁੱਕਰਵਾਰ ਨੂੰ ਯੂਨ ਹਿਊਮਨ ਰਾਈਟਸ ਨੇ ਵੀ ਕਿਸਾਨ ਅੰਦੋਲਨ ਤੇ ਇੱਕ ਟਵੀਟ ਕੀਤਾ ਜਿਸ ਵਿੱਚ ਇੰਟਰਨੈਟ ਦੀ ਪਾਬੰਦੀ ਦਾ ਵੀ ਜ਼ਿਕਰ ਕੀਤਾ ਗਿਆ ਦਰਅਸਲ UN ਹਿਊਮਨ ਰਾਈਟਸ ਵੱਲੋਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਅਸੀਂ ਭਾਰਤ ਵਿੱਚ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨ ਅੰਦੋਲਨ ਵਿੱਚ ਵੱਧ ਤੋਂ ਵੱਧ ਸੰਜਮ ਵਰਤਿਆ ਜਾਣਾ ਚਾਹੀਦਾ ਹੈ ਪ੍ਰਗਟਾਵੇ ਦੇ ਅਧਿਕਾਰ ਨੂੰ ਸ਼ਾਂਤਮਈ ਢੰਗ ਨਾਲ ਆਫਲਾਈਨ ਅਤੇ ਆਨਲਾਈਨ ਦੋਵਾਂ ਤਰੀਕਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ ਸਾਰਿਆਂ ਲਈ ਇਸ ਮੁੱਦੇ ਦਾ ਟੁਕਮਾ ਹੱਲ ਲੱਭਣਾ ਮਹੱਤਵਪੂਰਨ ਹੈ ਸਾਨੀ ਮਹਾਪੰਚਾਇਤ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਬੇ ਸਿੰਘ ਚੁਟਾਲਾ ਨੂੰ ਕਿਸਾਨ ਕੇਸਰੀ ਸਨਮਾਨ ਦਿੱਤਾ ਹੈ ਜਿਨ੍ਹਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਹਰਿਆਣਾ ਦੀ ਐਲਨਾਬਾਦ ਵਿਧਾਨ ਸਭਾ ਸੀਟ ਤੋਂ ਵਿਧਾਇਕ ਦੇ ਹਵੱਲੇ ਤੋਂ ਅਸਤੀਫਾ ਦਿੱਤਾ ਅਵੇ ਚਟਾਲਾ ਨੂੰ ਸ਼ੁੱਕਰਵਾਰ ਨੂੰ ਕਿਸਾਨ ਮਹਾਪੰਚਾਇਤ ਦੇ ਕਨਵੀਨਰ ਅਮਨਦੀਪ ਗੁਦਾਰਾ ਅਤੇ ਉਸ ਦੇ ਸਾਥੀ ਵਿਨੋਦ ਮਿੱਠਾ ਸਰਾ ਅਤੇ ਕੁਲਦੀਪ ਵੱਲੋਂ ਕਰਵਾਏ ਸਮਾਗਮ ਦੇ ਸਨਮਾਨ ਵਜੋਂ ਪੱਗ ਅਤੇ ਹੱਲ ਭੇਂਟ ਕੀਤੇ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਨਜ਼ਰ ਆਏ ਚਟਾਲਾ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਕਥਿਤ ਤੌਰ ਤੇ ਕਿਸਾਨ ਵਿਰੋਧੀ ਦੱਸਿਆ ਅਤੇ ਮੌਜੂਦਾ ਕਿਸਾਨਾਂ ਨੂੰ ਰਾਜ ਸਭਾ ਦੀ ਸਰਹੱਦ ਤੋਂ ਹਰਿਆਣਾ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ 6 ਫਰਵਰੀ ਨੂੰ ਕਿਸਾਨ ਯੂनाइटेड फ्रंट ਦੀ ਪ੍ਰਸਤਾਵਿਤ 3 ਘੰਟੇ ਦੀ ਮਹਿੰਮ ਦੌਰਾਨ ਇਨ੍ਹਾਂ ਕਾਨੂੰਨਾਂ ਵਿਰੋਧ ਕਰਨ ਦੀ ਅਪੀਲ ਕੀਤੀ। ਅਤੇ ਕਿਸਾਨ ਯੂनाइटेड फ्रंट ਦੇ ਹਰ ਹੁਕਮ ਦੀ ਪਾਲਣਾ ਕਰਨ ਨੂੰ ਕਿਹਾ ਉਹਨਾਂ ਨੇ ਕਾਂਗਰਸ ਤੇ ਦੋਸ਼ ਲਾਇਆ ਕਿ ਇਹ ਪਾਰਟੀ ਜਿਹੜੀ ਕਿ ਕਿਸਾਨਾਂ ਦੇ ਹਿੱਤਾਂ ਬਾਰੇ ਝੂਠੀ ਚਿੰਤਤ ਸੀ ਨੇ ਰਾਜ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਮੁੱਦੇ ਤੇ ਸਦਨ ਤੋਂ ਵਾਕਆਊਟ ਕੀਤਾ ਜਦੋਂ ਕਿ ਉਹ ਇਕੱਲਾ ਵਿਧਾਇਕ ਸੀ ਜਿਸ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਵਿਚਾਰ ਵਟਾਂਦਰੇ ਦੀ ਮੰਗ ਕੀਤੀ ਜੇ ਕਾਂਗਰਸ ਇਸ ਮੁੱਦੇ ਤੇ ਇਮਾਨਦਾਰ ਹੁੰਦੀ ਤਾਂ ਇਹ ਇੱਕ ਰੋਕਮਤਾ ਲਿਆ ਸਕਦੀ ਸੀ ਕਿਸਾਨ ਅੰਦੋਲਨ ਤੇ 75 ਸਾਬਕਾ ਨੌਕਰ ਸ਼ਾਹਾਂ ਦੇ ਸਮੂਹ ਨੇ ਇੱਕ ਖੁੱਲੀ ਚਿੱਠੀ ਲਿਖੀ ਹੈ ਇਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਨਵੇਂ ਖੇਤੀ ਕਾਨੂੰਨਾ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਸ਼ੁਰੂ ਤੋਂ ਹੀ ਟਕਰਾਅਪਰਿਆ ਰਿਹਾ ਹੈ ਜਿਹੇਰ ਵਈਏ ਨਾਲ ਕੋਈ ਹੱਲ ਨਹੀਂ ਨਿਕਲੇਗਾ ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ ਜ਼ੂਲੀਓ ਰਿਬ੍ਰਿਓ ਤੇ ਰੂਨਾ ਰਾਇ ਸਵੈਤ 75 ਸਾਬਕਾ ਨੌਕਰ ਸ਼ਾਹਾਂ ਨੇ ਦਸਤਖਤ ਕੀਤੀ ਇੱਕ ਚਿੱਠੀ ਜਾਰੀ ਕੀਤੀ ਹੈ ਵਿੱਚ ਕਿਹਾ ਗਿਆ ਹੈ ਕਿ ਗੈਰ ਸਿਆਸੀ ਕਿਸਾਨਾਂ ਨੂੰ ਗੈਰ ਜ਼ਿੰਮੇਵਾਰ ਵਿਰੋਧੀਆਂ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਜੇਕਰ ਭਾਰਤ ਸਰਕਾਰ ਵਾਕੇ ਹਲਚਾਉਂਦੀ ਹੈ ਤਾਂ ਉਸ ਨੂੰ ਅੱਦੇ ਮਨ ਨਾਲ ਕਦਮ ਚੁੱਕਣ ਦੀ ਬਜਾਏ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ ਫਿਰ ਸੰਭਵ ਹਾਲਵਾਰੇ ਸੂਚਨਾ ਚਾਹੀਦਾ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬੜਨ ਕੌਮਾ ਨੂੰ ਦਿਵਾ ਆ ਗਿਆ ਤੁਸੀਂ ਬਣੇ ਰਹੋ ਪੰਜਾਬ ਮੀਲ ਯੂਐਸਟੀਵੀ ਦੇ ਨਾਲ ਸਤਿ ਸ੍ਰੀ ਅਕਾਲ